ਦੇਖੋ ਬਹੁਤ ਹੀ ਇੱਕ ਅਹਿਮ ਜਿਹੜਾ ਸਟੈਪ ਇਹਨਾਂ ਨੇ ਲਿਆ ਹੈਗਾ ਗੁਰਪ੍ਰੀਤ ਘੁੱਗੀ ਜੀ ਨੇ ਕਿ ਨੌਰਥ ਜ਼ੋਨ ਫਿਲਮ ਐਂਡ ਆਰਟਿਸਟ ਜਿਹੜੀ ਐਸੋਸੀਏਸ਼ਨ ਇਹਨਾਂ ਦੀ ਸਥਾਪਨਾ ਕੀਤੀ ਹੈ। ਉਹਦੇ ਨਾਲ ਕੀ ਹੋਏਗਾ ਕਿ ਜਿੰਨੇ ਵੀ ਆਰਟਿਸਟ ਨੇ ਪੰਜਾਬ ਦੇ ਜਾਂ ਜਿਹੜੇ ਪਿਕਚਰਾਂ ਦੇ ਜਾਂ ਟੀ ਵੀ ਦੇ, ਉਹਨਾਂ ਦੇ ਕੋਲ ਇੱਕ ਸਟੇਜ ਹੈ, ਉਹਨਾਂ ਦੇ ਕੋਲ ਇੱਕ ਪਲੇਟਫਾਰਮ ਹੈ ਕਿ ਜਿੱਥੇ ਉਹ ਆਪਣੀ ਗੱਲ ਕਰ ਸਕਦੇ ਨੇ, ਜਿੱਥੇ ਉਹ ਆਪਣੇ ਵਿਚਾਰ ਸਾਂਝੇ ਕਰ ਸਕਦੇ ਨੇ, ਜਿੱਥੇ ਉਹ ਡਿਸਕਸ ਕਰ ਸਕਦੇ ਕਿ ਪੰਜਾਬੀ ਫਿਲਮ ਇੰਡਸਟਰੀ ਨੂੰ ਅੱਗੇ ਕਿਸ ਤਰ੍ਹਾਂ ਲੈ ਕੇ ਜਾਣਾ। ਸੋ ਮੈਂ ਇਹਨਾਂ ਨੂੰ ਮੁਬਾਰਕਬਾਦ ਦੇ ਰਿਹਾ। ਔਰ ਮਨਜੀਤ ਸਿੱਧੂ ਜੀ ਨੇ ਜਿਹੜੀ ਕਿਤਾਬ ਲਿਖੀ 1935 ਤੋਂ ਲੈ ਕੇ ਅਤੇ 50 ਸਾਲ ਉਹਨਾਂ ਨੇ ਪੰਜਾਬੀ ਸਿਨੇਮੇ ਦੇ ਬਾਰੇ ਉੱਥੇ ਵਿਆਖਿਆ ਕੀਤੀ, ਉਹਦੇ ਵਿੱਚ ਚਰਚਾ ਹੋਈ ਹੈ। ਔਰ ਜਿਹੜੇ ਸਾਡੇ ਵੈਸਟ ਪਾਕਿਸਤਾਨ ਜਿਹੜਾ ਪੰਜਾਬ 'ਚ ਰਹਿ ਗਿਆ ਲਾਹੌਰ, ਉਦੋਂ ਦੀਆਂ ਜਿਹੜੀਆਂ ਪ੍ਰੋਡਕਸ਼ਨਸ ਨੇ ਔਰ ਹੁਣ ਦੀਆਂ ਜਿਹੜੀਆਂ ਪ੍ਰੋਡਕਸ਼ਨਸ ਨੇ, ਸਾਰਿਆਂ ਦਾ ਉਹਦੇ 'ਚ ਜ਼ਿਕਰ ਹੋਇਆ। ਇਹ ਵੀ ਇੱਕ ਬੜੀ ਨੌਲੇਜੇਬਲ ਚੀਜ਼ ਉਹਨਾਂ ਨੇ ਕਿਤਾਬ ਜਿਹੜੀ ਹੈ ਲਿਖੀ ਹੈ, ਜਿਹੜੀ ਕਿ ਨਵੀਂ ਜਨਰੇਸ਼ਨ ਵਾਸਤੇ ਆਈ ਥਿੰਕ ਇਟ ਇਜ਼ ਦ ਨੀਡ ਆਫ ਦੀ ਆਰ। ਸੋਡੀ ਸਾਹਿਬ, ਜਿਹੜਾ ਅੱਜ ਕੱਲ੍ਹ ਸਿਨੇਮਾ ਚੱਲਦਾ, ਵੈਸੇ ਤੁਸੀਂ ਖੁਦ ਆਰਟਿਸਟ ਹੋ, ਅੰਦਰ ਕਿਹਾ ਗਿਆ ਵੀ ਤੁਹਾਡੇ ਦਿਲ ਦੇ ਵਿੱਚ ਆਰਟਿਸਟ ਹੈ, ਤੁਹਾਨੂੰ ਸਪੈਸ਼ਲ ਇੱਥੇ ਬੁਲਾਇਆ ਗਿਆ, ਤੁਸੀਂ ਜਾਣਦੇ ਵੀ ਹੋ, ਪੁਰਾਣੀ ਸਮਝ ਵੀ ਰਹੀ ਹੈ ਤੁਹਾਡੀ, ਅੱਜ ਦੇ ਸਿਨੇਮੇ ਬਾਰੇ ਕੀ ਕਹੋਗੇ? ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਦਾ ਕੁਛ ਅਹਿਮ ਰੋਲ ਹੋਣਾ ਚਾਹੀਦਾ ਹੈ? ਬਿਲਕੁਲ ਹੋਣਾ ਚਾਹੀਦਾ ਹੈ। ਦੇਖੋ, ਸਰਕਾਰਾਂ ਦੇ ਰੋਲ ਜਿਹੜੇ ਨੇ ਕਲਚਰ ਔਰ ਟੂਰਿਜ਼ਮ ਔਰ ਜਿਹੜਾ ਵੀ ਡਿਪਾਰਟਮੈਂਟ ਹੈ, ਹਰ ਡਿਪਾਰਟਮੈਂਟ ਸਰਕਾਰ ਇਜ਼ ਕਮਿਟਡ ਟੂ ਡੂ ਸਮਥਿੰਗ ਗੁੱਡ ਫੋਰ ਦੀ ਪੀਪਲ। ਔਰ ਇਹਦੇ ਵਾਸਤੇ ਵੀ ਜਿਹੜੇ ਕਲਚਰਲ ਜਿਹੜੇ ਸਾਡੇ ਪਿਕਚਰਾਂ ਨੇ ਜਾਂ ਸਾਡਾ ਹੋਰ ਸੰਗੀਤ ਹੈ, ਸਾਡੇ ਨਾਟਕ ਨੇ, ਸਾਡੇ ਹੋਰ ਜਿਹੜੇ ਇਸ ਤਰ੍ਹਾਂ ਕਲਚਰ ਦੇ ਨਾਲ ਸੰਬੰਧਿਤ ਚੀਜ਼ਾਂ ਨੇ, ਉਹਨਾਂ 'ਤੇ ਪੰਜਾਬ ਗਵਰਨਮੈਂਟ ਕੈਪਟਨ ਅਮਰਿੰਦਰ ਸਿੰਘ ਜੀ ਪੂਰਾ ਧਿਆਨ ਦੇ ਰਹੇ ਨੇ। ਔਰ ਜਿਹੜੀਆਂ ਕਿਸੇ ਚੀਜ਼ਾਂ ਦੀ ਕਮੀ ਹੈ, ਜਿਸ ਤਰ੍ਹਾਂ ਇਹ ਐਸੋਸੀਏਸ਼ਨ ਬਣੀ ਹੈ, ਇਹਨਾਂ ਨੂੰ ਡੀਪਲੀ ਪਤਾ ਹੈ ਵੀ ਸਾਡੀ ਇਸ ਵੇਲੇ ਰਿਕੁਆਇਰਮੈਂਟ ਕੀ ਹੈ, ਸਾਨੂੰ ਕੀ ਚਾਹੀਦਾ ਲੋਕਾਂ ਦੇ ਵਿੱਚ ਹੋਰ ਅੱਗੇ ਵਧਣ ਵਾਸਤੇ। ਤਾਂ ਮੈਂ ਇਹਨਾਂ ਨੂੰ ਘੁੱਗੀ ਜੀ ਨੂੰ ਕਹੂੰਗਾ ਕਿ ਸਾਨੂੰ ਇੱਕ ਪੇਪਰ ਬਣਾ ਕੇ ਦੇਣ, ਸੋ ਦੈਟ ਗਵਰਨਮੈਂਟ ਔਰ CM ਸਾਹਿਬ ਉਹਦੇ 'ਤੇ ਵਿਚਾਰ ਕਰ ਸਕਣ, ਔਰ ਜੋ ਬੈਸਟ ਇਹਨਾਂ ਦੀ ਔਰਗਨਾਈਜੇਸ਼ਨ ਵਾਸਤੇ ਜਾਂ ਪੰਜਾਬ ਦੇ ਕਲਚਰ ਵਾਸਤੇ, ਪੰਜਾਬ ਦੇ ਵਿਰਸੇ ਵਾਸਤੇ ਕਰ ਸਕਦੇ ਹਾਂ, ਉਹ ਅਸੀਂ ਕਰਾਂਗੇ। ਯਾਰ, ਆਪਾਂ ਕਲਚਰਲ ਪ੍ਰੋਗਰਾਮ ਦੇ ਵਿੱਚ ਕਮਲਨਾਥ ਕਿੱਥੇ ਦੱਸ ਸਕਦੇ? ਛੋਟੀ ਸਾਹਿਬ, ਅੱਜ ਤੁਸੀਂ ਖੇਡ ਮੰਤਰੀ ਹੋ, ਅੱਜ ਕਲਚਰਲ ਪ੍ਰੋਗਰਾਮ 'ਤੇ ਆਏ ਹੋ, ਕੁਝ ਫਿਲਮ ਐਸੀਆਂ ਬਣ ਗਈਆਂ ਪੰਜਾਬੀ ਸਿਨੇਮਾ ਦੇ ਵਿੱਚ ਜਿਵੇਂ ਹਰਜੀਤਾ ਹੋ ਗਈ, ਜਿਹਦੇ ਵਿੱਚ ਖਿਡਾਰੀਆਂ ਨੇ ਇਹ ਦੱਸਿਆ ਸਾਡੇ ਹਾਲਾਤ ਕੀ ਹੋਏ ਨੇ ਜੋ ਹਜੇ ਕਰੰਟਲੀ ਚੱਲ ਵੀ ਰਹੇ ਨੇ, ਕੀ ਲੱਗਦਾ ਤੁਹਾਨੂੰ ਸਿਨੇਮਾ ਜਦੋਂ ਦਿਖਾਉਣਾ ਪੈਂਦਾ ਲੋਕਾਂ ਸਾਹਮਣੇ ਗੱਲ ਆਉਂਦੀ, ਸਾਡੇ ਪੰਜਾਬ ਦੇ ਵਿੱਚ ਟੈਲੈਂਟ ਖਤਮ ਹੁੰਦਾ, ਉਹਨਾਂ ਲਈ ਕੀ ਆ? ਦੇਖੋ, ਪੰਜਾਬ ਦੇ ਵਿੱਚ ਚਾਹੇ ਸਪੋਰਟਸ ਹੈ ਚਾਹੇ ਕਲਚਰ ਹੈ, ਬਹੁਤ ਟੈਲੈਂਟ ਹੈ। ਤੁਸੀਂ ਦੇਖੋ, ਅੱਜ ਪੰਜਾਬ ਦਾ ਸਪੋਰਟਸਮੈਨ, ਅੱਜ ਜਿਹੜੀ ਨੈਸ਼ਨਲ ਹਾਕੀ ਟੀਮ ਹੈ, ਉਹਦੇ ਵਿੱਚ 11 ਚੋਂ 7 ਪਲੇਅਰ ਜਿਹੜੇ ਨੇ ਪੰਜਾਬੀ ਖੇਡ ਰਹੇ ਨੇ, ਜਿਹੜੀ ਅੱਗੇ ਜਾ ਕੇ ਟੋਕੀਓ ਜਾਣੀ ਹੈਗੀ ਹੈ 2020 ਓਲੰਪਿਕਸ। ਜਿਹੜੀਆਂ ਕੋਈ ਇਹੋ ਜਿਹੀਆਂ ਗੱਲਾਂ ਨੇ ਜਿਹਦੀ, ਇਹੀ ਤਾਂ ਚੀਜ਼ਾਂ, ਇਹੀ ਤਾਂ ਅਸੀਂ ਦਰਸਾਉਣਾ ਹੈਗਾ ਕਿ ਜੇ ਕੋਈ ਸਪੋਰਟਸਮੈਨ ਜਾਂ ਕੋਈ ਆਰਟਿਸਟ ਜਿਹਦੀ ਕਿਸੇ ਵੇਲੇ ਸੁਣਾਈ ਨਹੀਂ ਹੋਏਗੀ, ਉਹਨੂੰ ਹਾਈਲਾਈਟ ਕਰਨ ਵਾਸਤੇ ਜਿਹੜੀਆਂ ਇਹੋ ਜਿਹੀਆਂ ਐਸੋਸੀਏਸ਼ਨਸ ਬਣੀਆਂ ਨੇ, ਉਹ ਗਵਰਨਮੈਂਟ ਦੀ ਨਜ਼ਰ 'ਚ ਆ ਜਾਣਗੀਆਂ। ਅਸੀਂ ਉਹਨਾਂ ਦੇ ਹਰ ਪੱਖੋਂ ਉਹਨਾਂ ਦੀ ਮਦਦ ਕਰਾਂਗੇ, ਚਾਹੇ ਆਰਟਿਸਟ ਨੇ ਚਾਹੇ ਸਪੋਰਟਸਮੈਨ ਨੇ। ਨਵੀਂ ਸਪੋਰਟਸ ਪਾਲਿਸੀ ਲਿਆਂਦੀ ਗਈ ਹੈ, ਜਿੱਥੇ 25 ਲੱਖ ਰੁਪਇਆ ਪਹਿਲਾਂ ਸੋਨੇ ਦੇ ਤਗਮੇ ਦਾ ਹੁੰਦਾ ਸੀ, ਉੱਥੇ 1 ਕਰੋੜ ਰੁਪਇਆ ਕਰਤਾ। ਅਸੀਂ ਜਿਹੜਾ ਓਲੰਪਿਕ 'ਚ ਮੈਡਲ ਜਿੱਤੇਗਾ ਉਹਨੂੰ 2.5 ਕਰੋੜ ਰੁਪਇਆ ਦੇਵਾਂਗੇ। ਅਸੀਂ ਬੱਚਿਆਂ ਦੇ ਜਿਹੜੀ ਨਰਸਰੀ ਹੈ ਛੋਟੇ ਹੁੰਦਿਆਂ, ਉਹਨਾਂ ਨੂੰ ਅਸੀਂ ਪਿਕਅਪ ਕਰਕੇ ਸਾਈਕੋਲੋਜੀਕਲੀ ਸਾਈਕੋਲੋਜਿਸਟ ਰੱਖੇ ਗਏ ਨੇ ਕਿ ਉਹਨਾਂ ਨੂੰ ਦੇਖਿਆ ਜਾਏ ਉਹਨਾਂ ਦੀ ਰੁਚੀ ਕਿਹੜੀ ਖੇਡ 'ਚ, ਉੱਥੇ ਹੀ ਉਹਨਾਂ ਨੂੰ ਟ੍ਰੇਨਿੰਗ ਦੇਵਾਂਗੇ। ਸੋ ਬਹੁਤ ਸਾਰੇ ਉਪਰਾਲੇ ਹੋ ਰਹੇ ਨੇ। ਕਬ ਤੋਂ ਸ਼ੁਰੂ ਕਰਨਗੇ? ਸ਼ੁਰੂ ਹੋ ਚੁੱਕਾ ਹੈ, ਇਟ ਇਜ਼ ਆਲਰੇਡੀ ਵਰਕਿੰਗ। ਅਸੀਂ ਹੁਣ ਪਿੱਛੇ ਜੇ ਐਂਟੀ ਡੋਪ 'ਤੇ ਅਸੀਂ ਗੱਲ ਕੀਤੀ ਸੀਗੀ, ਅਸੀਂ ਇਸੇ ਮਹੀਨੇ ਅਗਲੇ ਮਹੀਨੇ 'ਚ ਐਂਟੀ ਡੋਪ 'ਤੇ ਕਲੀਨਿਕ ਕਰ ਰਹੇ ਹਾਂ, ਜਿੱਥੇ ਸਾਰੇ ਕੋਚਿਸ, ਸਾਰੇ ਯੂਨੀਵਰਸਿਟੀਆਂ ਦੇ ਜਿਹੜੇ PT ਮਾਸਟਰਸ ਹੈਗੇ, ਟੀਚਰਸ ਹੈਗੇ ਨੇ, DPIs ਨੇ, ਉਹਨਾਂ ਦੀ ਸ਼ਮੂਲੀਅਤ ਹੋਏਗੀ। ਔਰ ਉੱਥੇ ਉਹਨਾਂ ਨੂੰ ਦੱਸਿਆ ਜਾਏਗਾ ਕਿ ਬੱਚਿਆਂ ਨੂੰ ਡਰੱਗਸ ਤੋਂ ਜਾਂ ਡੋਪ ਤੋਂ ਕਿਸ ਤਰ੍ਹਾਂ ਬਚਾਉਣਾ, ਉਹਨਾਂ ਨੂੰ ਅਸੀਂ ਦੂਰ ਰੱਖੀਏ। ਥੈਂਕ ਯੂ।